ਸਤਿ ਸ਼੍ਰੀ ਅਕਾਲ ਮੈਂ ਡਾਕਟਰ ਸਿਪੀਆ ਸਿਪੀਆ ਮੈਡੀਕਲ ਸੈਂਟਰ ਤੋਂ ਆਪ ਦਾ ਸਵਾਗਤ ਕਰਦੀ ਹਾਂ ਅੱਜ ਕੱਲ੍ਹ ਕਰੋਨਾ ਦੀ ਬਹੁਤ ਜ਼ਿਆਦਾ ਵੇਵ ਸੈਕਿੰਡ ਵੇਵ ਬਹੁਤ ਭੈੜੀ ਚੱਲ ਰਹੀ ਹੈ ਔਰ ਰੋਜ਼ ਸਾਨੂੰ ਟੈਲੀਫੋਨਸ ਆਉਂਦੇ ਔਰ ਪੇਸ਼ੈਂਟਸ ਪੁੱਛਦੇ ਆ ਕਿ ਵੈਕਸੀਨੇਸ਼ਨ ਲਗਵਾਈਏ ਜਾਂ ਨਾ ਲਗਵਾਈਏ ਉਸ ਸੰਬੰਧ ਦੇ ਵਿੱਚ ਮੈਂ ਆਪ ਸਭ ਨੂੰ ਇਹ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਪਲੀਜ਼ ਵੈਕਸੀਨ ਜ਼ਰੂਰ ਲਗਵਾਓ ਵੈਕਸੀਨ ਸੇਫ ਹੈ ਵੈਕਸੀਨ ਲਗਵਾ ਕੇ ਤੁਸੀਂ ਆਪਣੀ ਔਰ ਆਪਣੀ ਫੈਮਿਲੀ ਦੀ ਸੁਰੱਖਿਆ ਸੁਨਿਸ਼ਚਿਤ ਕਰਦੇ ਹੋ ਅਸੀਂ ਖੁਦ ਸਾਰਿਆਂ ਨੇ ਵੈਕਸੀਨ ਲਗਵਾਇਆ ਮੇਰੇ ਸਾਰੇ ਸਟਾਫ ਮੈਂਬਰਸ ਨੇ ਲਗਵਾਇਆ ਔਰ ਅਸੀਂ ਦੋਨੋਂ ਡੋਜ਼ਿਸ ਲਗਵਾਈਆਂ ਔਰ ਸਾਰੇ ਠੀਕ ਠਾਕ ਹੈ ਔਰ ਕਈਆਂ ਦੇ ਇਹ ਸਵਾਲ ਵੀ ਹੈ ਕਿ ਨਹੀਂ ਵੈਕਸੀਨ ਲਗਵਾਉਣ ਦਾ ਫਾਇਦਾ ਨਹੀਂ ਉਸ ਦੇ ਬਾਅਦ ਵੀ ਕਰੋਨਾ ਹੋ ਸਕਦਾ ਹੈ ਹਾਂ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿਉਂਕਿ ਹਾਲੇ ਨਵੀਂ ਬਿਮਾਰੀ ਹੈ ਨਵੇਂ ਵੈਕਸੀਨਸ ਹੈ ਬਟ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੂੰਗੀ ਕਿ ਜੋ ਦੇਖਿਆ ਗਿਆ ਹੈ ਕਿ ਜਿਨ੍ਹਾਂ ਨੇ ਵੈਕਸੀਨਸ ਲਗਵਾਏ ਹੈ ਉਹਨਾਂ ਦੇ ਡਿਜ਼ੀਜ਼ ਹੈ ਜਿਹੜੀ ਉਹ ਬਹੁਤ ਸਵੀਅਰ ਨਹੀਂ ਹੋਈ ਉਹਨਾਂ ਦਾ ਬਚਾਅ ਹੋ ਗਿਆ ਮੋਰਟੈਲਿਟੀ ਰੇਟਸ ਘੱਟ ਹੈ ਔਰ ਉਹਦੇ ਨਾਲ ਕੋਈ ਜਾਨਲੇਵਾ ਖਤਰਾ ਨਹੀਂ ਪੈਦਾ ਹੋਇਆ ਇਸ ਕਰਕੇ ਮੇਰੀ ਹੱਥ ਜੋੜ ਕੇ ਆਪ ਸਭ ਨੂੰ ਬੇਨਤੀ ਹੈ ਕਿ ਪਲੀਜ਼ ਵਹਿਮਾਂ 'ਚ ਨਹੀਂ ਪਾਓ ਵੈਕਸੀਨ ਹੀ ਇੱਕ ਇਲਾਜ ਹੈ ਕਰੋਨਾ ਨੂੰ ਖਤਮ ਕਰਨ ਦਾ ਸਾਰਿਆਂ ਦੀ ਇਮਿਊਨਿਟੀ ਬਣੇਗੀ ਤਾਂ ਆਪਣਾ ਇਸ ਤੋਂ ਪਿੱਛਾ ਛੁੱਟੇਗਾ ਇੰਡੀਆ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਪਾਸੇ ਉਦਮ ਕਰਨਾ ਪਏਗਾ ਬਹੁਤ ਬਹੁਤ ਧੰਨਵਾਦ